ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪਿੱਛੇ ਪਿੱਛੇ ਹੋਈ ਯਾਰ, ਯਾਰ ਪਿਆਂਦਾ ਪਿੱਛੇ ਹੋਈ ਹੋ ਬਾਜੀ, ਆ ਜਿਓ ਯਾਰ, ਦੇਖੋ ਮੈਂ ਨਹੀਂ ਬੁਲਾ ਰਿਹਾ ਮੀਂਹ ਦੇ ਚਾਹ ਦੇ ਓਏ ਦੇਖ ਲੈ ਮੇਰੇ ਬਾਹਰ ਦਾਦੀ ਮਾੜਾ ਆ ਗਿਓ ਕੇ ਦਾਦੀ ਮੈਂ ਡਿੱਗਣਾ ਪੂਣਾ ਡਿੱਗਣਾ ਕੋ ਤੋ ਡਿੱਗਣਾ ਮੈਨੂੰ ਲੱਗਾ ਮੇਰੀ ਸਵੇਰ ਤੱਕ ਵਾਰੀ ਆ ਰਹੀ ਹੈ। ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਦੇ ਇਸ ਮੰਦਰ 'ਚ ਅਚਾਨਕ ਰੌਣਕਾਂ ਲੱਗ ਗਈਆਂ ਨੇ। ਅੱਧੀ ਰਾਤ ਨੂੰ ਵੀ ਲੋਕ ਭਾਰੀ ਸੰਖਿਆ 'ਚ ਜਮ੍ਹਾਂ ਨੇ, ਕਿਉਂਕਿ ਇਸ ਮੰਦਰ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਗੱਲ ਫੈਲ ਗਈ ਹੈ ਕਿ ਇੱਥੇ ਨੰਦੀ ਮਹਾਰਾਜ ਦੀ ਮੂਰਤੀ ਦੁੱਧ ਪੀ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਖੁਦ ਲੋਕ ਕਹਿ ਰਹੇ ਨੇ। ਆਸਥਾ ਦਾ ਆਲਮ ਇਹ ਹੈ ਕਿ ਭਾਰੀ ਸੰਖਿਆ 'ਚ ਲੋਕ ਇੱਥੇ ਜਮ੍ਹਾਂ ਹੋ ਗਏ ਨੇ। ਹੁਣ ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਹੈ, ਇਸ ਗੱਲ ਦੀ ਪੁਸ਼ਟੀ ਤਾਂ ਦੈਨਿਕ ਮੇਲ ਪੰਜਾਬੀ TV ਨਹੀਂ ਕਰਦਾ, ਪਰ ਅਗਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਲਵੋ ਕਿਸ ਤਰੀਕੇ ਦੇ ਨਾਲ ਇੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਨੰਦੀ ਮਹਾਰਾਜ ਦੁੱਧ ਪੀ ਰਹੇ ਨੇ। ਪਾਲੋ 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 ਕੋਲੀ ਚ ਪਾ ਦੋ ਕਿੱਦਾਂ ਲੱਗੇ।